ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਬੜੀ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਜਿਹੜਾ ਇਹ ਇੱਕ ਗੈਂਗਸਟਰ ਜਿਹੜਾ ਦੀਪਕ ਟੀਨੂੰ ਪੁਲਿਸ ਕਸਟਡੀ ਵਿੱਚੋਂ ਫਰਾਰ ਹੋਇਆ, ਇਹਨੂੰ ਬੜਾ ਸੀਰੀਅਸਲੀ ਲਿਆ ਗਿਆ। ਸਾਡਾ ਡੀਜੀਪੀ ਪੰਜਾਬ ਵੱਲੋਂ ਮੈਨੂੰ ਸਪੈਸ਼ਲੀ ਉੱਥੋਂ ਡਿਪਿਊਟ ਕੀਤਾ ਗਿਆ, ਮੌਕੇ 'ਤੇ ਆ ਕੇ ਜਿਹੜੀ ਅਸੀਂ ਪ੍ਰਿਲਿਮਨਰੀ ਪੁੱਛਗਿੱਛ ਕੀਤੀ ਹੈ ਉਹਦੇ ਤੋਂ ਉਹਦੇ ਮੁਤਾਬਕ ਹੀ ਜਿਹੜੀ ਕਾਰਵਾਈ ਕਰਕੇ FIR ਦਰਜ ਕੀਤੀ ਗਈ ਹੈ। ਅਤੇ ਜਿਹੜੀ ਹਾਲੇ ਤੱਕ ਦੇ ਤੱਥ ਸਾਹਮਣੇ ਆਏ ਨੇ ਉਹਨਾਂ 'ਚੋਂ ਜਿੰਨੀ ਉਹਦੀ ਨੈਗਲੀਜੈਂਸ ਜਾਂ ਉਹਦੀ ਕੋਈ ਕਨਾਈਵੈਂਸ ਉਹਦੇ ਵਿੱਚ ਪਾਈ ਗਈ ਹੈ ਉਹਦੇ ਮੁਤਾਬਕ ਉਹਦੇ ਖਿਲਾਫ ਪ੍ਰਿਤਪਾਲ ਸੀ ਇੰਸਪੈਕਟਰ ਜਿਹੜਾ ਹੈਗਾ ਸਬ ਇੰਸਪੈਕਟਰ ਉਹਦੇ ਖਿਲਾਫ FIR ਵੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਦੇ ਡਿਸਮਿਸਲ ਦੇ ਆਰਡਰ ਪਾਸ ਕੀਤੇ ਜਾ ਰਹੇ ਨੇ ਅਤੇ ਜਿਹੜੇ ਸਾਡੇ ਵੱਲੋਂ ਵੱਖ-ਵੱਖ ਟੀਮਾਂ ਨੇ ਜਿਹੜੀਆਂ AGTF ਦੀਆਂ ਈਵਨ ਸਾਡੀ ਕੋਆਰਡੀਨੇਸ਼ਨ ਵਿਦ STF ਹਰਿਆਣਾ ਸਪੈਸ਼ਲ ਸੈੱਲ ਦਿੱਲੀ ਕਾਊਂਟਰ ਇੰਟੈਲੀਜੈਂਸ ਵਿੰਗ ਪੰਜਾਬ ਸਾਰੇ ਅਸੀਂ ਇਹਦੇ ਪਿੱਛੇ ਇੱਕ ਕਿਸੇ ਚੈਲੰਜ ਨੂੰ ਹੈਂਡਲ ਕਰਨ ਲਈ ਵਚਨਬੱਧ ਹੈ ਅਤੇ DGP ਸਾਹਿਬ ਵੱਲੋਂ ਸਪੈਸ਼ਲੀ ਇੰਸਟਰਕਸ਼ਨਸ ਇਹ ਜਿਹੜੀਆਂ ਮਿਲੀਆਂ ਹੋਈਆਂ ਨੇ ਅਸੀਂ ਇਹਦੇ 'ਚ ਕੋਈ ਵੀ ਨੈਗਲੀਜੈਂਸ ਟੋਲਰੇਟ ਨਹੀਂ ਕਰਾਂਗੇ ਚਾਹੇ ਕੋਈ ਵੀ ਕ੍ਰਿਮੀਨਲ ਹੋਵੇ ਕਿਸੇ ਤਰ੍ਹਾਂ ਦਾ ਵੀ ਹੋਵੇ। ਇਹ ਪਰਟੀਕੁਲਰ ਕੇਸ ਦੇ ਵਿੱਚ ਜਿਹੜਾ ਹੈਗਾ ਤਕਰੀਬਨ ਜਿਹੜਾ ਸ਼ੁਭਦੀਪ ਮੂਸੇਵਾਲਾ ਦੀ ਜਿਹੜੀ ਮਰਡਰ ਦੀ ਕੇਸ ਹੈ ਉਹਦੇ 'ਚ ਇਹਦੀ ਇਨਵੈਸਟੀਗੇਸ਼ਨ ਆਲਮੋਸਟ ਕੰਪਲੀਟ ਹੋ ਚੁੱਕੀ ਹੈ। ਇਹਦੇ 'ਚ ਮਤਲਬ ਦੀਪਕ ਟੀਨੂੰ ਦਾ ਇਸ ਪਰਟੀਕੁਲਰ ਕੇਸ ਨਾਲ ਨਹੀਂ ਕੋਈ ਉਹ ਸੀਗਾ, ਇਹਨਾਂ ਕੋਈ ਸਪੈਸਿਫਿਕ ਸੈਪਰੇਟ ਇਨਫੋਰਮੇਸ਼ਨ ਦੇ ਬੇਸ ਤੇ ਇਸ ਕੇਸ ਦੇ ਵਿੱਚ ਉਹਨੂੰ ਜਿਹੜਾ ਹੈਗਾ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਤੇ ਉਹਦੀ ਹੁਣ ਡਿਗਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਉਹਦੇ 'ਚ ਹੋਰ ਕੀ ਕੀ ਤੱਥ ਸਾਹਮਣੇ ਆਉਂਦੇ ਨੇ, ਇਹ ਤਾਂ ਤਫਤੀਸ਼ ਦੇ ਦੌਰਾਨ ਆਉਣਗੇ ਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ। ਇਹਦੇ 'ਚ ਮਤਲਬ ਕਲੀਅਰ ਕੱਟ DGP ਸਾਹਿਬ ਵੱਲੋਂ ਸੀਨੀਅਰ ਅਫਸਰਸ ਵੱਲੋਂ ਕਲੀਅਰ ਕੱਟ ਇੰਸਟਰਕਸ਼ਨਸ ਨੇ, ਜ਼ੀਰੋ ਟੋਲਰੈਂਸ ਹੈ, ਕੋਈ ਵੀ ਇਹਦੇ 'ਚ ਲੈਕਸਿਟੀ ਬਰਦਾਸ਼ਤ ਨਹੀਂ ਕੀਤੀ ਜਾਊਗੀ। ਸਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੇ ਪੱਧਰ ਤੇ ਜਿਹੜੇ ਦੀਪਕ ਟੀਨੂੰ ਤੇ ਹੋਰ ਇਹਨਾਂ ਦੇ ਖਾਤਿਆਂ 'ਚੋਂ ਪੈਸੇ ਵਿਦਡਰਾਅ ਕੀਤੇ ਗਏ ਆ ਜਿਹੜੇ ਸਾਡੇ ਸੋਰਸ ਕਹਿੰਦੇ ਆ ਬਹੁਤ ਵੱਡੇ ਪੱਧਰ ਤੇ, ਕੀ ਇਹਦੀ ਇਨਕੁਆਇਰੀ ਹੋਏਗੀ? ਕਿਉਂਕਿ ਹੁਣ ਪ੍ਰਿਤਪਾਲ ਸਿੰਘ ਨੂੰ ਕਸਟਡੀ 'ਚ ਲਿਆ ਗਿਆ ਤੇ ਦੀਪਕ ਟੀਨੂੰ ਉਹੀ ਹੈ ਜਿਹੜਾ ਇਸ ਮਾਮਲੇ 'ਚ ਸੀਗਾ। ਜੋ ਵੀ ਕੋਈ ਇਨਫੋਰਮੇਸ਼ਨ ਹੈ, ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਤਾਂ ਕਾਇੰਡਲੀ ਸਾਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਆਪਣੇ ਉਹਨੂੰ ਵੀ ਪ੍ਰੋਸੈਸ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਜਾਂ ਜਿਹੜੀ ਵੀ ਕੋਈ ਇਨਵੈਸਟੀਗੇਸ਼ਨ ਹੈ ਉਹਨੂੰ ਸੰਜੀਦਗੀ ਨਾਲ ਕੀਤਾ ਜਾ ਰਿਹਾ। ਸਾਡੇ ਇੱਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਹੈ ਕਾਊਂਟਰ ਇੰਟੈਲੀਜੈਂਸ ਵਿੰਗ ਦਾ, ਉਹਨਾਂ ਦੀ ਵੀ ਹੈਲਪ ਲਈ ਗਈ ਹੈ। ਹੋਰ ਵੀ ਜਿਹੜੀਆਂ ਜਿਹੜੀਆਂ ਜਿੱਥੋਂ ਜਿੱਥੋਂ ਵੀ ਸਾਨੂੰ ਇਹਦੇ ਤਫਤੀਸ਼ ਦੇ ਸੰਬੰਧ ਦੇ ਵਿੱਚ ਜਿੱਥੋਂ ਤੱਕ ਵੀ ਸਾਨੂੰ ਕਰਨਾ ਪਿਆ ਫੋਰੈਂਸਿਕ ਸਾਇੰਟੀਫਿਕ ਜਿੰਨਾ ਵੀ ਤਰੀਕਾ ਸੀਗਾ ਅਸੀਂ ਉਹਨੂੰ ਅਪਣਾਇਆ ਹੋਇਆ। ਸੋ ਜਿਹੜੀ ਇਹ ਪਰਟੀਕੁਲਰਲੀ ਇਹਦੀ ਪ੍ਰਿਤਪਾਲ ਸਿੰਘ ਇੰਸਪੈਕਟਰ ਦੀ ਇਹਦੇ ਨਾਲ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਅਸਰ ਪਏਗਾ ਜਿਹੜੀ ਐਸ ਫਾਰ ਐਸ ਉਹਦੇ 'ਚ ਕੋਈ ਵੀ ਗੁੰਜਾਇਸ਼ ਨਹੀਂ ਹੈਗੀ ਹੈ ਕਿਉਂਕਿ ਬੜੇ ਸੀਨੀਅਰ ਲੈਵਲ ਦੇ ਆਫਿਸਰ ਇਨਵੋਲਵ ਨੇ। ADGP ਜਿਹੜੇ ਸਾਡੇ AGTF ਦੇ ਮਿਸਟਰ ਬਾਨ ਨੇ ਉਹਨਾਂ ਦੀ ਸੁਪਰਵਿਜ਼ਨ ਥੱਲੇ ਇਨਵੈਸਟੀਗੇਸ਼ਨ ਹੋਈ ਹੈ। ਸੋ ਇਦਾਂ ਦਾ ਕੋਈ ਉਹ ਨਹੀਂ ਹੈ, ਜੇ ਕਿਸੇ ਕੋਲੇ ਕੋਈ ਇਨਫੋਰਮੇਸ਼ਨ ਹੈਗੀ ਹੈ ਤੁਹਾਡੇ ਕੋਲ ਸਪੈਸੀਫਿਕ ਤਾਂ ਕਾਇੰਡਲੀ ਜ਼ਰੂਰ ਸ਼ੇਅਰ ਕਰੋ। ਜਿਸ ਤਰ੍ਹਾਂ ਸਰ ਇਹ ਫ੍ਰੈਂਡਲੀ ਹੋ ਚੁੱਕਿਆ ਸੀਗਾ ਦੀਪਕ ਟੀਨੂੰ ਨਾਲ ਜਾਂ ਗੱਡੀ 'ਚ ਬਿਠਾਇਆ ਵਿਦਆਊਟ ਅਰੈਸਟ ਵਿਦਆਊਟ ਸਿਕਿਉਰਿਟੀ, ਤਾਂ ਇਟ ਮੀਨ ਕਿਸੇ ਦੇ ਵੱਲ ਤਾਂ ਇਸ਼ਾਰਾ ਕਰਦਾ ਹੈ ਵੀ ਇਹ ਦੀਪਕ ਟੀਨੂੰ ਨਾਲ ਤਾਂ ਮਿਲ ਗਿਆ ਸੀ। ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ। ਦੇਖੋ ਕਈ ਗੱਲਾਂ ਕਈ ਤਰ੍ਹਾਂ ਦੇ ਕਈ ਜਿਹੜੇ ਹੁੰਦੇ ਨੇ ਆਪਰੇਸ਼ਨਸ ਕਿਸੇ ਕਿਸੇ ਕਈ ਟਾਈਪ ਦੇ ਕੰਡਕਟ ਕਰਨੇ ਪੈਂਦੇ ਨੇ, ਉਹਦੇ 'ਚ ਮੈਂ ਹੁਣ ਉਹਦੇ ਕਿਸੇ ਡੂੰਘਾਈ 'ਚ ਨਹੀਂ ਜਾਣਾ ਚਾਹੁੰਦਾ। ਸੋ ਉਹਦੇ ਕਿਹੜੇ ਹਾਲਾਤਾਂ 'ਚ ਲੈ ਕੇ ਗਿਆ ਇਹ ਤਾਂ ਹੁਣ ਉਹਦੀ ਪੁੱਛਗਿੱਛ ਤੇ ਉਹਦੀ ਇੰਟਰੋਗੇਸ਼ਨ ਜਦੋਂ ਕਰਾਂਗੇ ਉਦੋਂ ਗੱਲ ਸਾਹਮਣੇ ਆਉਣਗੀ। ਸਰ 2017 ਦੇ ਵਿੱਚ ਵੀ ਜਿਹੜਾ ਦੀਪਕ ਜੀ ਨੂੰ ਸੀਗਾ ਹਰਿਆਣਾ ਪੁਲਿਸ ਨੂੰ ਕੱਟ ਕੇ ਰੱਖਿਆ ਜਾ ਰਿਹਾ ਸੀ, ਉਹਨਾਂ ਦੇ ਭੱਜ ਗਿਆ ਸੀ ਜਦੋਂ ਉਹਨਾਂ ਨੇ ਦੋਸ਼ੀ ਨੂੰ ਗ੍ਰਿਫਤ ਲਿਆ ਪੁਲਿਸ ਨੇ, ਤਾਂ ਪੁਲਿਸ ਨੂੰ ਪਤਾ ਸੀ ਤਾਂ ਉਹਨਾਂ ਨੇ ਤਾਂ ਫੋਨ ਕਰਨੇ ਚਾਹੀਦੇ ਸੀ। ਬਿਲਕੁਲ ਕਰਨੇ ਚਾਹੀਦੇ ਸੀਗੇ ਜੀ, ਜੋ ਇਸੇ ਕਰਕੇ ਨੈਗਲੀਜੈਂਸ ਹੋਈ ਹੈ, ਨੈਗਲੀਜੈਂਸ ਦੇ ਕਰਕੇ ਆਪਾਂ FIR ਦਰਜ ਕੀਤੀ ਹੈ। ਅਸੀਂ ਐਡਾ ਵੱਡਾ ਸੀਨੀਅਰ ਜਿਹੜਾ ਹੈਗਾ ਐਕਸ਼ਨ ਲਿਆ ਗਿਆ ਹੈ ਇੱਕ ਪੁਲਿਸ ਇੰਸਪੈਕਟਰ ਸਬ ਇੰਸਪੈਕਟਰ ਤੇ ਜਿਹੜਾ ਹੈਗਾ CA ਇੰਚਾਰਜ ਹੋਣ ਦੇ ਨਾਤੇ ਉਸੇ ਸੀ ਹਵਾਲਾਤ ਦੇ ਵਿੱਚ ਦੇ ਰਹੇ ਹਾਂ ਉਹਨੂੰ। ਇਹ ਕੋਈ ਛੋਟਾ ਐਕਸ਼ਨ ਨਹੀਂ ਹੈ, ਬਾਕੀ ਡਿਸਮਿਸਲ ਹੋ ਰਹੀ ਹੈ, ਇਹਦੇ ਜਿਹੜੇ ਐਪਰੋਪ੍ਰੀਏਟ ਐਕਸ਼ਨ ਲਏ ਜਾ ਰਹੇ ਆ। ਸਰ 12 ਘੰਟੇ ਤੋਂ ਜ਼ਿਆਦਾ ਸਰ ਨਹੀਂ ਲੱਗਦਾ ਤੁਹਾਨੂੰ ਵੀ ਉਹ ਸਬ ਇੰਸਪੈਕਟਰ ਵੀ ਨਹੀਂ ਸੀਗਾ? ਇਟਸ ਅ ਮੈਟਰ ਆਫ ਟਾਈਮ। ਦੇਖੋ ਇਹ ਤਾਂ ਜਿਹੜੀ ਉਦੋਂ ਸਮਝਾਂਗੇ ਦੇਖਾਂਗੇ ਉਹਦੀ ਤਫਤੀਸ਼ ਦੇ ਵਿੱਚ ਵੀ ਕਿਹੜੇ ਕਾਰਨ ਸੀ ਕੀ ਹਾਲਾਤ ਸੀਗੇ। ਸਰ 12 ਘੰਟੇ ਤੋਂ ਜ਼ਿਆਦਾ ਬੀਤ ਗਏ ਸੀ, ਮਾਨਸਾ ਪੁਲਿਸ ਵੱਲੋਂ ਪੁਸ਼ਟੀ ਵੀ ਨਹੀਂ ਕੀਤੀ ਗਈ ਵੀ ਦੀਪਕ ਨੂੰ ਫਰਾਰ ਹੋ ਗਿਆ, ਕੀ ਕਾਰਨ ਸੀ, ਕਿਉਂ ਦਬਾਇਆ ਗਿਆ ਸੀ ਮਾਰਨ ਲਈ ਇੰਨਾ ਸਮਾਂ, ਕੀ ਕਾਰਨ ਨਹੀਂ? ਹਾਲਾਂਕਿ ਕੋਰਟ ਜਿਹੜੀ ਕੋਈ ਵਾਇਰ ਕਰਨੀ ਸੀ ਜਾਂ ਕੋਈ ਪ੍ਰੈਸ ਨੋਟ ਜਾਰੀ ਕਰਨਾ ਸੀ ਤਾਂ ਕਿ ਪਤਾ ਚੱਲ ਸਕੇ। ਅਰਲੀ ਮਾਰਨਿੰਗ ਜਿਹੜੀ ਇਨਫੋਰਮੇਸ਼ਨ ਮਿਲੀ ਹੈ, ਅਰਲੀ ਮਾਰਨਿੰਗ ਜਿਸ ਟਾਈਮ ਤੋਂ ਇਨਫੋਰਮੇਸ਼ਨ ਮਿਲੀ ਹੈ, ਹੈੱਡਕੁਆਰਟਰਸ ਨੂੰ ਮਿਲੀ ਹੈ, DG ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਹੈ, ਉਸੇ ਵੇਟ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਚਾ ਕੇ ਅਗਲੀ ਕਾਰਵਾਈ ਆਰੰਭ ਕਰਤੀ ਹੈ। ਮੈਨੂੰ ਵੀ ਇਸੇ ਕਰਕੇ ਸਪੈਸ਼ਲੀ ਤੋਰਿਆ ਹੈਗਾ ਕਿ ਵਿੱਚ ਆਪਣੇ ਜਾ ਕੇ ਮੌਕੇ ਤੇ ਜਾ ਕੇ ਦੇਖ ਕੇ, ਬਾਕੀ ਅਸੀਂ ਕੋਆਰਡੀਨੇਟ ਕਰ ਰਹੇ ਹਾਂ, ਵੀ ਆਰ ਪ੍ਰੋਵਾਈਡਿੰਗ ਆਲ ਅਸਿਸਟੈਂਸ, ਅਸੀਂ ਨਾਲ ਹੈ ਪੰਜਾਬ, ਸਾਡੇ ਵਾਸਤੇ ਪੰਜਾਬ ਪੁਲਿਸ ਵਾਸਤੇ ਇੱਕ ਚੈਲੰਜ ਹੈ, ਵੀ ਵਿਲ ਫਾਈਂਡ, ਅਸੀਂ ਲੱਭ ਲਾਂਗੇ।
जिन्नी देर तक कोई बेसिक फैक्ट ही नहीं हाले तक पता सीगे वो हौली हौली थोड़ी प्रिलिमिनरी जिन्नी मैं इनफॉर्मेशन असीं इकट्ठे बैठ के जिहड़ी गैदर कीते ने फैक्ट्स उन्हां दे बिहाफ ते ही एक्शन होया जुड़ा एक्शन होया जो भी बन गया बिल्कुल असी जिथे अगे वास्ते कोई इहदा भी ख्याल रखा जाऊगा कोई इस तरह की जो कोई इमीडिएट मीडिया नूं कोई इनफॉर्मेशन देने की जरूरत है जानकारी देने की जरूरत है तो देवांगे असी सानू विल इंश्योर दैट अगे इन फ्यूचर बाकी इन्वेस्टिगेशन जिहड़ी हैगी है असी बिल्कुल संजीदगी नाल सारे अक्यूज्ड अरेस्ट हो चुके ने जिहड़े मेन शूटर सीगे ओह अकाउंट फॉर हो चुके ने उन्हां दी तफ्तीश दे विच एडी बड़ी लंबी चार्जशीट फाइल की गई है बड़ा कम अच्छा कम भी होया ये नहीं है कि असी यह कहने कि भी ਕਾਇੰਡਲੀ ਇਹ ਤਾਂ ਮੌਕਾ ਹਾਲਾਤ ਹੈ ਜੀ ਜੇ ਹੁਣ ਕੋਈ ਬੰਦਾ ਰਿਟੈਲੀਏਟ ਕਰੇਗਾ ਤਾਂ ਹੁਣ ਜਿਵੇਂ ਪਰਟੀਕੁਲਰ ਉਸ ਕੇਸ ਦੇ ਵਿੱਚ ਆਪਣਾ ਰੂਪਾ ਤੇ ਮਨੂ ਦੇ ਜਿਹੜੇ ਹੈਗਾ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੇ ਰਿਟੈਲੀਏਟ ਕੀਤਾ ਪੁਲਿਸ ਤੇ ਫਾਇਰ ਕੀਤਾ ਤਾਂ ਪੁਲਿਸ ਨੂੰ ਰਿਟੈਲੀਏਟਰੀ ਫਾਇਰ ਆਪਣੇ ਸੈਲਫ ਡਿਫੈਂਸ ਕਰਨਾ ਪੈਂਦਾ ਜਾਂ ਅਸੀਂ ਜੋ ਲੋਕਲ ਐਕਸ਼ਨ ਲੈਣਾ ਉਹਦੇ 'ਚ ਕਰਨੀ ਪੈਣਾ ਤਾਂ ਜੇ ਕੋਈ ਲੋੜ ਪਊਗੀ ਤਾਂ ਉਹ ਜਿਹਾ ਕਾਰਵਾਈ ਵੀ ਉਸ ਮੌਕੇ ਮੁਤਾਬਕ ਜੋ ਹੋਊਗੀ ਉਹ ਦੇਖਿਆ ਜਾਵੇਗਾ ਓਕੇ ਥੈਂਕ ਯੂ ਇੱਕ ਨਾਮੀ ਗੈਂਗਸਟਰ ਦੀਪਕ ਤੀਨੂ ਵਾਸੀ ਭਿਵਾਨੀ ਉਹਨੂੰ ਸਰਦੂਲਗੜ੍ਹ ਦੇ ਇੱਕ ਕਤਲ ਦੇ ਮੁਕੱਦਮੇ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਮਾਨਸਾ ਪੁਲਿਸ ਵੱਲੋਂ ਲਿਆਂਦਾ ਗਿਆ ਸੀ ਜੋ ਕਿ ਮਾਨਸਾ ਪੁਲਿਸ ਦੀ ਪੁਲਿਸ ਕਸਟਡੀ ਦੇ ਵਿੱਚ ਸੀਗਾ ਅਤੇ CIA ਮਾਨਸਾ ਵਿੱਚ ਉਹਨੂੰ ਰੱਖਿਆ ਗਿਆ ਸੀ ਅੱਜ ਤੇ ਕੱਲ੍ਹ ਦੀ ਦਰਮਿਆਨੀ ਰਾਤ ਦੇ ਦੌਰਾਨ ਇੱਕ ਇਨਫੋਰਮੇਸ਼ਨ ਇੰਚਾਰਜ CIA ਵੱਲੋਂ ਮਿਲੀ ਸੀ ਕਿ ਜਿਹੜਾ ਇਹ ਗੈਂਗਸਟਰ ਹੈਗਾ ਦੀਪਕ ਟੀਨੂ ਉਹ ਫਰਾਰ ਹੋ ਗਿਆ ਹੈਗਾ ਇਸ ਇਨਫੋਰਮੇਸ਼ਨ ਦੇ ਉੱਤੇ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੀ ਪੜਤਾਲ ਸ਼ੁਰੂ ਕੀਤੀ ਗਈ ਖੁਫੀਆ ਸੂਤਰੋਂ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਜਿਹੜਾ ਗੈਂਗਸਟਰ ਦੀਪਕ ਟੀਨੂ ਹੈਗਾ ਹੈ ਉਹਨੂੰ ਇੰਚਾਰਜ CIA ਇਕੱਲੇ ਹੀ ਆਪਣੀ ਗੱਡੀ 'ਚ ਬਿਠਾ ਕੇ ਲੈ ਗਏ ਸੀਗੇ ਅਤੇ ਉਸ ਤੋਂ ਬਾਅਦ ਇਹ ਜਿਹੜਾ ਗੈਂਗਸਟਰ ਹੈਗਾ ਫਰਾਰ ਹੋ ਗਿਆ ਸੀ ਇਮੀਡੀਏਟਲੀ ਇਹਦੇ ਉੱਤੇ ਸਖ਼ਤ ਕਾਰਵਾਈ ਕਰਦੇ ਹੋਏ ਇੱਕ ਸਖ਼ਤ ਮੁਕੱਦਮਾ 222 224 225 120B IPC ਦੇ ਤਹਿਤ ਇੰਚਾਰਜ CIA ਅਤੇ ਦੀਪਕ ਟੀਨੂ ਦੇ ਉੱਤੇ ਦਰਜ ਕਰ ਲਿਆ ਗਿਆ ਹੈਗਾ ਇੰਚਾਰਜ CIA ਜਿਨ੍ਹਾਂ ਦੀ ਇੱਕ ਪ੍ਰਾਈਮਾ ਫੇਸਾਈ ਮਿਲੀ ਭੁਗਤ ਸਾਹਮਣੇ ਆਉਂਦੀ ਹੈ ਉਹਨਾਂ ਦੀ ਅਰੈਸਟ ਵੀ ਇਸ ਮੁਕੱਦਮੇ 'ਚ ਪਾ ਦਿੱਤੀ ਗਈ ਹੈਗੀ ਹੈ ਇਸ ਵੱਡੀ ਨਗੈਲੀ ਲਈ ਉਹਨਾਂ ਦੀ ਡਿਸਮਿਸਲ ਦੀ ਕਾਰਵਾਈ ਵੀ ਅੱਗੇ ਚੱਲ ਰਹੀ ਹੈਗੀ ਹੈ ਮੁਕੱਦਮੇ ਦੀ ਪੜਤਾਲ ਸ਼ੁਰੂ ਹੈਗੀ ਹੈ ਚੱਲ ਰਹੀ ਹੈਗੀ ਹੈ ਹਰ ਪੱਖੋਂ ਇਹਦੀ ਜਿਹੜੀ ਪੜਤਾਲ ਕੀਤੀ ਜਾਊਗੀ ਕਿਸੇ ਵੀ ਦੋਸ਼ੀ ਦੀ ਜੋ ਵੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਹਨੂੰ ਨਾਮਜ਼ਦ ਕਰਕੇ ਉਹਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਊ ਸਰਦੂਲਗੜ੍ਹ ਦੇ ਵਿੱਚ ਕਤਲ ਦਾ ਮੁਕੱਦਮਾ ਦਰਜ ਹੈਗਾ ਹੈ ਉਹਦੀ ਤਫਤੀਸ਼ ਦੇ ਸੰਬੰਧ ਦੇ ਵਿੱਚ ਇਸ ਗੈਂਗਸਟਰ ਨੂੰ ਜਿਹੜਾ ਲੈ ਕੇ ਜਾ ਰਹੇ ਸੀ ਤਾਂ ਕਿ ਸਾਡੇ ਕੋਲ ਖੁਫੀਆ ਇਨਫੋਰਮੇਸ਼ਨ ਸੀਗੀ ਕਿ ਜਿਹੜੀ ਉੱਥੇ ਕੋਈ ਰਿਕਵਰੀ ਹੋ ਸਕਦੀ ਹੈਗੀ ਹੈ ਐਸ ਪਰ ਇੰਚਾਰਜ CIA ਨਹੀਂ ਇਹਦੀ ਜਾਣਕਾਰੀ ਕਿਸੇ ਅਫਸਰ ਕੋਲ ਨਹੀਂ ਸੀਗੀ ਇਹਦੀ ਕੋਈ ਪਰਮਿਸ਼ਨ ਨਹੀਂ ਲਈ ਗਈ ਸੀ ਸਰ CCTV ਕੈਮਰੇ ਲੱਗੇ ਹੋਏ ਨੇ ਜਦੋਂ ਕਿ ਤੁਹਾਡੇ ਨਾਲ ਉਹ ਅਟੈਚ ਨਹੀਂ ਸੀਗੇ ਉਸ ਵਕਤ ਕਿਉਂ ਨਹੀਂ ਤੁਸੀਂ ਉਸ ਵਕਤ ਉਹਨਾਂ ਉੱਪਰ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਐਸ ਇੰਚਾਰਜ ਉੱਪਰ ਜਿਹੜੀ ਇਹ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਸਾਨੂੰ ਬੜੀ ਜਿਹੜੀ ਲੇਟ ਮਿਲੀ ਸੀਗੀ ਐਸਕੇਪ ਪਹਿਲਾਂ ਹੋ ਚੁੱਕਿਆ ਸੀ ਇਨਫੋਰਮੇਸ਼ਨ ਸਾਨੂੰ ਲੇਟ ਮਿਲੀ ਸੀਗੀ ਉਸ ਤੋਂ ਬਾਅਦ ਸਾਰੀ ਟੀਮਾਂ ਦੀ ਜਿਹੜੀ ਉਹਨੂੰ ਰਾਊਂਡ ਅਪ ਕਰਨ ਲਈ ਵੱਖ ਵੱਖ ਸ਼ੇਡਸ 'ਚ ਵੱਖ ਵੱਖ ਉਹਦੇ ਠਿਕਾਣਿਆਂ ਦੇ ਉੱਤੇ ਜਿਹੜੀ ਰਵਾਨਾ ਹੋ ਗਈ ਸੀ ਜਿਵੇਂ ਕਿ ਮੈਂ ਕਹਿ ਰਿਹਾ ਹਰ ਕੇਸ ਇੱਕ ਵੱਖਰਾ ਹੁੰਦਾ ਹੈਗਾ ਹੈ ਜੋ ਵੀ ਅਫਸਰ ਨਗੇਲੀ ਕਰਦਾ ਹੈਗਾ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਂਦੀ ਹੈ ਉਹਦੇ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਸਰ ਤੁਸੀਂ ਹੁਣ ਇਨਕੁਆਇਰੀ ਕੀਤੀ ਹੈ ਇਨਕੁਆਇਰੀ 'ਚ ਪਤਾ ਲੱਗਿਆ ਵੀ ਉਹ ਕਿੱਥੇ ਲੈ ਕੇ ਜਾ ਰਿਹਾ ਸੀ ਇਹਨੂੰ ਔਰ ਕਿੱਥੋਂ ਜਾ ਕੇ ਉਹਨੇ ਚਕਮਾ ਦੇ ਕੇ ਜਿਹੜਾ ਫਰਾਰ ਹੋਇਆ ਦੀਪਕ ਟੀਨੂ ਕੀ
मीडिया दिता कह रहा कि वह अपनी गर्लफ्रेंड न मिला लिए पहला भी जाता सनीर गया होर गया कि सच्चाई की असल बिल्कुल मीडिया के थ्रू सू ऐसा इनपुट्स जो मिले है तफ्तीश होर ने इन्हों बचे जाऊगा फरार कितों है हजे एग्जैक्ट जरा जितों फरार होया वो प्लेस अजे क्लीयर नहीं हैगी है प्रिलिमिनरी इनवैसटीगेशन अजे क्लीयर नहीं हुई है असी डूंघाई नाल जिहड़ी तफ्तीश करांगे वख वख एंगल्स तो तैनू क्लीयर करके तुहानू इनफॉर्मेशन देवांगे नहीं इदां दी हजे तक कोई इनफो नहीं हैगी है बट मीडिया के थ्रू मैनू जिहड़ी ये सुनीर बैंक वाली जिहड़ी गल दसी सी इहनू भी असी पड़ताल दौरान वाचांगे बिल्कुल पड़ताल अजे चल रही हैगी जी हर पक्षों इहदी पड़ताल जिहड़ी मुकदमे की करांगे सर जिवें हुण अनगहली कले दीपक टीनू दे मामले च सीआई दी ਤੁਸੀਂ ਆਪ ਸਾਰਾ ਤੰਤਰ ਮੰਨਦੇ ਆ ਵੀ ਬਹੁਤ ਵੱਡੀ ਅਣਗਹਿਲੀ ਹੈ ਕਿ ਸਿੱਧੂ ਮੂਸੇਵਾਲਾ ਸਾਰੇ ਕਤਲ ਮਾਮਲੇ ਵਿੱਚ ਵੀ ਇਨਵੈਸਟੀਗੇਸ਼ਨ ਇਹਨੇ ਕੀਤੀ ਗਈ ਸੀ ਕਿ ਉਹਦੀ ਵੀ ਮੁੜ ਤੋਂ ਪੜਤਾਲ ਕੀਤੀ ਜਾਊਗੀ ਕਿਉਂਕਿ ਇਹਦੀ ਰੋਲ ਤਾਂ ਸ਼ੱਕੀ ਹੋ ਹੀ ਗਿਆ ਜਿਹੜੀ ਸਿੱਧੂ ਮੂਸੇਵਾਲੇ ਕਤਲਕਾਂਡ ਦੀ ਇਨਵੈਸਟੀਗੇਸ਼ਨ ਹੋਈ ਹੈ ਉਹ ਸਿੱਟ ਵੱਲੋਂ ਕੀਤੀ ਗਈ ਹੈ ਅਤੇ ਇੰਚਾਰਜ ਜਿਹੜੇ ਸੀਆਈਏ ਉਹ ਇੱਕ ਸਿੱਟ ਮੈਂਬਰ ਜ਼ਰੂਰ ਸੀਗੇ ਪਰ ਉਹਨਾਂ ਨਾਲ ਹੋਰ ਵੀ ਸਿੱਟ ਮੈਂਬਰ ਹੈਗੇ ਆ ਸਰ ਪਿਛਲੇ ਸਮੇਂ ਦਾ ਇਹ ਚਰਚਾਵਾਂ ਚੱਲਦੀਆਂ ਸੀ ਭਗਵਾਨਪੁਰੀਆ ਵਿੱਚ ਲਾਸ ਮਿਸ ਹੋਈ ਆ ਬਹੁਤ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ VIP ਟ੍ਰੀਟਮੈਂਟ ਵਾਲੀ ਜਿਹੜੀ ਗੱਲ ਬਿਲਕੁਲ ਇਹਨੂੰ ਅਸੀਂ ਇਗਨੋਰ ਇਹਨੂੰ ਨਿਗਲੈਕਟ ਕਰਦੇ ਅਸੀਂ ਇਹਨੂੰ ਨਹੀਂ ਮੰਨਦੇ ਹੈਗੇ ਹਾਂ ਜਿਹੜਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਇਹ ਜਿਹੜੇ ਗੈਂਗਸਟਰਸ ਹੈਗੇ ਆ ਇਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈਗੀ ਹੈ ਉਹਦੀ ਕੰਪਲੈਂਸ ਦੇ ਵਿੱਚ ਉਹਦੀ ਜਾਨ ਮਾਲ ਦੀ ਰਾਖੀ ਲਈ ਜਿਹੜਾ ਇਹ ਅਸੀਂ ਜੋ ਵੀ ਉਹਨਾਂ ਦੀ ਸੁਰੱਖਿਆ ਇੰਸ਼ੋਰ ਕਰਦੇ ਹਾਂ ਕਾਨੂੰਨ ਮੁਤਾਬਕ ਸਰ CIA ਦੇ ਵਿੱਚ ਹੋਰ ਵੀ ਕਰਮਚਾਰੀ ਤਾਇਨਾਤ ਸੀਗੇ ਜਿਉਂ ਵੀ ਤਾਇਨਾਤ ਹੁੰਦਾ ਜੀ ਤਾਂ ਜਦੋਂ ਇਸ ਤਰ੍ਹਾਂ ਦੇ ਗੈਂਗਸਟਰ ਨੂੰ ਲੈ ਕੇ ਜਾਂਦਾ ਹੈ ਤਾਂ ਕਾਫੀ ਜਿਹੜੀ ਸੁਰੱਖਿਆ ਦਿੱਤੀ ਜਾਂਦੀ ਹੈ ਜੀ ਜਦੋਂ CIA ਇੰਚਾਰਜ ਲੈ ਕੇ ਗਿਆ ਤੁਹਾਨੂੰ ਕਿਸੇ ਹੋਰ ਕਰਮਚਾਰੀ ਵੱਲੋਂ ਅਧਿਕਾਰੀ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿਸੇ ਅਫਸਰ ਨੂੰ ਇਸ ਇਹਦੇ ਬਾਰੇ ਜਾਣਕਾਰੀ ਨਹੀਂ ਸੀ CIA ਸਟਾਫ ਦੇ ਵਿੱਚੋਂ ਇਕੱਲਾ ਕਿਵੇਂ ਲੈ ਗਿਆ ਸਰ ਇਹ ਪੜਤਾਲ ਦਾ ਵਿਸ਼ਾ ਹੈਗਾ ਜੀ ਤੇ ਸਹੀ ਜਵਾਬ ਤੁਹਾਨੂੰ ਦਵਾਂਗੇ ਸਰ ਇਸ ਤੋਂ ਪਹਿਲਾਂ ਵੀ ਕਿ ਉਸ ਵਕਤ ਜਿਹੜਾ ਸਟਾਫ ਉੱਥੇ ਬੈਠਾ ਸੀਗਾ ਉਹ ਵੀ ਤਾਂ ਇੱਕ ਵਾਰ ਜ਼ਿੰਮੇਵਾਰ ਹੈ ਬਿਲਕੁਲ ਜੀ ਪੜਤਾਲ ਚੱਲ ਰਹੀ ਹੈਗੀ ਹੈ ਪੜਤਾਲ ਅਜੇ ਖਤਮ ਨਹੀਂ ਹੋਈ ਫਸਟ ਇਨਫੋਰਮੇਸ਼ਨ ਰਿਪੋਰਟ FIR ਅਜੇ ਦਰਜ ਹੋਈ ਹੈ ਪੜਤਾਲ FIR ਕਿੱਥੇ ਕੀਤੀ ਗਈ ਹੈ ਕੱਲੇ ਇਸ ਤੇ ਪ੍ਰਿਤਪਾਲ ਸਿੰਘ ਤੇ ਕੀਤੀ ਗਈ ਹੈ ਕੱਲੇ ਹਾਂਜੀ ਪ੍ਰਿਤਪਾਲ ਸਿੰਘ ਤੇ ਕੀਤੀ ਗਈ ਹੈ ਜਿਹੜੀ ਪ੍ਰੀਲਿਮਿਨਰੀ ਜੋ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਉਹ ਇਹ ਆਈ ਹੈ ਕਿ ਦੀਪਕ ਟੀਨੂ ਨੂੰ ਕੱਲਾ ਪ੍ਰਿਤਪਾਲ ਸਿੰਘ ਹੀ ਜਿਹੜਾ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਗਿਆ ਸਰ ਹੋਰ ਕਿੰਨੇ ਮੁਲਾਜ਼ਮ ਸੀਗੇ ਜੋ ਉੱਥੇ CIA ਦੇ ਵਿੱਚ ਤਾਇਨਾਤ ਜੀ ਕੱਲਾ ਪ੍ਰਿਤਪਾਲ ਤੋਂ ਇਲਾਵਾ ਜੀ ਅਜੇ ਇਹ ਪੜਤਾਲ ਇਹਦੀ ਡਿਟੇਲ 'ਚ ਕਰ ਰਹੇ ਹਾਂ ਸਰ ਐਡਾ ਵੱਡਾ ਹਾਈਫਾਈ ਕਤਲ ਕੇਸ ਸੀਗਾ ਪੁਲਿਸ ਲਈ ਔਰ ਸਰਕਾਰ ਲਈ ਬੜਾ ਚੈਲੰਜੇਬਲ ਸੀਗਾ SID 'ਚ ਮੈਂਬਰ ਕੌਣ ਸੀ ਪ੍ਰਿਤਪਾਲ ਸਿੰਘ ਜੋ ਕਿ ਆਪਣੇ ਅਹੁਦੇ ਮੁਤਾਬਕ ਮੈਂਬਰ ਵੀ ਨਹੀਂ ਬਣ ਸਕਦਾ ਸੀਗਾ ਉਹਦਾ ਜਿਹੜਾ ਅਹੁਦਾ ਹੈ ਸ਼ਾਇਦ ਹੌਲਦਾਰ ਦਾ ਕੀ ਇਹ ਸਾਰਾ ਕੁਝ ਬਚਿਆ ਨਹੀਂ ਗਿਆ ਜਿਹਦੀ ਵੀ ਪੜਤਾਲ ਹੈਗੀ ਹੈ ਸੀਨੀਅਰ ਅਫਸਰ ਦੀ ਨਿਗਰਾਨੀ ਹੇਠ ਹੋਈ ਹੈਗੀ ਹੈ ਤੇ ਬਿਲਕੁਲ ਮੈਰਿਟ ਤੇ ਕੀਤੀ ਗਈ ਹੈ ਦੀਪਕ ਟੀਨੂ ਦੀ ਭਾਲ ਲਈ ਵੱਖ ਵੱਖ ਟੀਮਾਂ ਜਿਹੜੀ ਬਣਾ ਦਿੱਤੀਆਂ ਗਏ ਹਨ ਮੇਰੇ ਨਾਲ ਮਾਨਯੋਗ AIG ਐਂਟੀ ਗੈਂਗਸਟਰ ਟਾਸਕ ਫੋਰਸ ਸ੍ਰੀ ਗੁਰਮੀਨ ਚੌਹਾਨ ਜੀ ਬੈਠੇ ਨੇ ਵੱਖ ਵੱਖ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮਾਂ ਜਿਹੜੀ ਪੂਰੇ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਜਿਹੜੀ ਕੰਟੀਨਿਊਸਲੀ ਰੇਡਸ ਕਰ ਰਹੀਆਂ ਹਨ ਵੱਖ ਵੱਖ ਪੰਜਾਬ ਪੁਲਿਸ ਦੇ ਵਿੰਗਸ ਵੀ ਜਿਹੜੇ ਇਹ ਦੋਸ਼ੀ ਪਿੱਛੇ ਰੇਡਸ ਕਰ ਰਹੇ ਹਨ ਅਸੀਂ ਸਾਨੂੰ ਬੜੀ ਉਮੀਦ ਹੈ ਕਿ ਬਹੁਤ ਛੇਤੀ ਇਹਨੂੰ ਅਸੀਂ ਰਾਊਂਡ ਅਪ ਕਰ ਲਾਂਗੇ ਪੰਜਾਬ ਤੋਂ ਬਾਹਰ ਵੀ ਰੇਡ ਕੀਤੀ ਜਾ ਰਹੀ ਹੈ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਸਰ ਦੀਪਕ ਟੀਨੂ ਨੂੰ ਪਹਿਲਾਂ ਵੀ ਇੱਥੇ CIA ਦੇ ਵਿੱਚ ਰੱਖਿਆ ਗਿਆ ਕੋਈ ਗੱਲ ਸਾਹਮਣੇ ਆਈ ਹੋਵੇ ਹੁਣ ਤੱਕ ਉੱਥੋਂ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਤੋਂ ਪਤਾ ਕੀਤਾ ਹੋਵੇ ਕਿ ਪਹਿਲਾਂ ਵੀ ਇਸ ਤਰ੍ਹਾਂ ਇਹਨੂੰ ਕਿਤੇ ਲੈ ਲਿਜਾਇਆ ਗਿਆ ਜੀ ਰਾਤ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਅਜੇ